ਦਰਸ਼ਕੋ ਬੜੀ ਖੁਸ਼ੀ ਦੀ ਗੱਲ ਹੈ, ਜਿਵੇਂ ਤੁਹਾਨੂੰ ਪਤਾ ਹੈਗਾ ਕਰਤਾਰਪੁਰ ਲਾਂਘਾ ਜਿਹੜਾ ਹੈਗਾ ਫਾਰਮਲੀ ਖੁੱਲ੍ਹ ਗਿਆ ਹੈਗਾ। ਹੁਣ ਜਿਹੜੇ ਹੈਗੇ ਭਾਰਤ ਦੇ ਜਿਹੜੇ ਸਿੱਖਸ ਹੈਗੇ ਆ ਉਹ ਬੜੀ ਆਸਾਨੀ ਨਾਲ ਪਾਕਿਸਤਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਦਰਸ਼ਨਾਂ ਲਈ ਜਾ ਸਕਦੇ ਹਨ। ਪਰ ਇਹਦੇ ਨਾਲ ਨਾਲ ਕੁਛ ਤਕਨੀਕੀ ਆਸਪੈਕਟ ਇੱਦਾਂ ਦੇ ਹੈਗੇ ਆ, ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜਾ ਕੇ ਇਲਾਹੀ ਰੰਗ ਵਿੱਚ ਰੰਗੇ ਗਏ ਸ਼ਰਧਾਲੂ ਸਰਲ ਕਾਗਜ਼ੀ ਕਾਰਵਾਈ ਅਤੇ ਵਧੀਆ ਪ੍ਰਬੰਧਾਂ ਤੋਂ ਖੁਸ਼। ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈਗੀ, ਪਾਕਿਸਤਾਨ ਸਰਕਾਰ ਨੇ ਆਪਣੇ ਵੱਲੋਂ ਬਹੁਤ ਵਧੀਆ ਇੰਤਜ਼ਾਮ ਕੀਤੇ। ਸਾਰੇ ਸ਼ਰਧਾਲੂ ਇਹ ਕਹਿੰਦੇ ਆ ਇਹ ਬਾਬੇ ਨਾਨਕ ਦਾ ਜਿਹੜਾ ਟਿੰਡਾ ਵਾਲਾ ਖੂਹ ਸੀ ਇਹ ਵੀ ਬੜਾ ਜਿਹੜਾ ਹੈਗਾ ਪਾਕਿਸਤਾਨ ਸਰਕਾਰ ਨੇ ਵਰਕਿੰਗ ਹਾਲਤ ਵਿੱਚ ਰੱਖਿਆ ਹੈਗਾ। ਸੋ ਸ਼ਰਧਾਲੂਆਂ ਦਾ ਜਿਹੜਾ ਪਹਿਲਾ ਜਥਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਤੋਂ ਲਾਂਘੇ ਰਾਹੀਂ ਪਾਕਿਸਤਾਨ ਪਹੁੰਚਿਆ। ਹਾਲਾਂਕਿ ਇਹਨੂੰ ਜਥਾ ਨਹੀਂ ਕਹਿ ਸਕਦੇ, ਨਿੱਜੀ ਤੌਰ 'ਤੇ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਲਈ ਔਨਲਾਈਨ ਰਜਿਸਟ੍ਰੇਸ਼ਨ ਕਰਵਾਈ ਸੀ ਉਹਦੇ ਰਾਹੀਂ ਗਏ ਸੀ, ਪਰ ਇਹਦੇ ਵਿੱਚ ਬਹੁਤ ਥੋੜ੍ਹੇ ਘੱਟ ਸ਼ਰਧਾਲੂ ਸੀ। ਇੱਥੇ ਬਹੁਤ ਵੱਡੀ ਗਿਣਤੀ ਵਿੱਚ 0.0 'ਤੇ 10,000 ਸ਼ਰਧਾਲੂ ਆ ਗਏ। ਉਹਨਾਂ ਨੂੰ ਪਿੰਡਾਂ ਵਾਲੇ ਵਿਚਾਰੇ ਲੋਕ ਹੈਗੇ ਆ, ਸਰਕਾਰਾਂ ਨੇ ਵੀ ਬਹੁਤਾ ਪਬਲਿਸਾਈਜ਼ ਨਹੀਂ ਕੀਤਾ ਹੈਗਾ। ਉਹ ਸੋਚਦੇ ਹੈਗੇ ਆ $20 ਦੀ ਜਿਹੜੀ ਉਹ ਟਿਕਟ ਉੱਥੋਂ ਮਿਲਣੀ ਹੈਗੀ ਆ। ਸੋ ਇੱਦਾਂ ਦੀਆਂ ਬੜੀਆਂ ਤਕਨੀਕੀ ਸਮੱਸਿਆਵਾਂ ਕਰਕੇ ਇੱਦਾਂ ਦੇ ਇਸ਼ੂ ਰਹੇ ਹੈਗੇ, ਪਰ ਜਿੱਥੋਂ ਤੱਕ ਪਾਕਿਸਤਾਨ ਸਰਕਾਰ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਆਪਣੇ ਵੱਲੋਂ ਬਹੁਤ ਵਧੀਆ ਇੰਤਜ਼ਾਮ ਕੀਤੇ ਹੈਗੇ। ਜਿੰਨੇ ਵੀ ਸ਼ਰਧਾਲੂ ਗਏ ਹੈਗੇ ਉਹ ਬਹੁਤ ਇੰਪ੍ਰੈਸ ਹੋਏ ਹੈਗੇ। ਅਤੇ ਇਹਦੇ ਨਾਲ ਨਾਲ ਇੱਥੇ ਜਿਹੜਾ ਵਿਸ਼ਾਲ ਖੰਡਾ ਸਾਹਿਬ ਅਤੇ ਹੋਰ ਜਿਹੜੇ ਖੇਤਾਂ ਦੇ ਦਰਸ਼ਨ ਕੀਤੇ ਸ਼ਰਧਾਲੂਆਂ ਨੇ, ਪਹਿਲੀ ਮੰਜ਼ਿਲ 'ਤੇ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈਗਾ ਉਹਦੇ ਦਰਸ਼ਨ ਕੀਤੇ, ਗੁਰਦੁਆਰਾ ਸਾਹਿਬ ਦੇ ਬੈਠੀ ਸੰਗਤ ਨੇ ਯਾਤਰਾ ਦੌਰਾਨ ਸਤਨਾਮ ਵਾਹਿਗੁਰੂ ਦਾ ਜਿਹੜਾ ਜਾਪ ਦਾ ਉਚਾਰਨ ਕੀਤਾ। ਅਤੇ ਜ਼ਿਆਦਾ ਤੱਕ ਉਹ ਬਹੁਤ ਇਲਾਹੀ ਰੰਗ ਵਿੱਚ ਰੰਗੇ ਗਏ ਇਸ ਪੀਰੀਅਡ ਦੌਰਾਨ। ਇਹ ਬਹੁਤ ਸੰਗਤਾਂ ਜਿਹੜੀਆਂ ਭਾਵੁਕ ਹੋ ਗਈਆਂ। ਪਾਕਿਸਤਾਨ ਗੌਰਮੈਂਟ ਨੇ ਤੁਹਾਨੂੰ ਜਿਵੇਂ ਦੱਸਿਆ ਹੈਗਾ ਪੰਜਾਬੀ ਵਿੱਚ, ਇੰਗਲਿਸ਼ ਵਿੱਚ ਅਤੇ ਉਰਦੂ ਵਿੱਚ ਇਹ ਜਿਹੜੇ ਕੈਪਸ਼ਨ ਲਿਖੇ ਹੈਗੇ ਆ। ਇਹਦੇ ਨਾਲ ਨਾਲ ਇਹ ਗਲਿਆਰੇ ਵਿੱਚ ਪੂਰਾ ਗਲਿਆਰਾ ਖੰਡਾ ਸਾਹਿਬ ਅੰਗੀਠਾ ਸਾਹਿਬ ਲੰਗਰ ਹਾਲ ਪਾਕਿਸਤਾਨ ਦੇ ਕਲਾਕਾਰਾਂ ਵੱਲੋਂ ਬਣਾਈਆਂ ਗਈਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਪੇਂਟਿੰਗਾਂ ਸਰਾਂ ਅਤੇ ਹੋਰ ਆਲੀਸ਼ਾਨ ਤਰੀਕੇ ਨਾਲ ਬਣਾਏ ਸਥਾਨ ਦੇਖ ਕੇ ਸੰਗਤਾਂ ਅਸ਼ ਅਸ਼ ਕਰ ਉੱਠੀਆਂ। ਮਨ ਵਿੱਚ ਕਈ ਤਰ੍ਹਾਂ ਦੇ ਪ੍ਰਭਾਵ ਲੈ ਕੇ ਜਦੋਂ ਸੰਗਤ ਮੁੜੀ ਤਾਂ ਉਹਨਾਂ ਦੇ ਚਿਹਰੇ ਤੋਂ ਇੱਕ ਅਲੱਗ ਚਮਕ ਦਿਖਾਈ ਦੇ ਰਿਹਾ ਸੀ। ਇਵੇਂ ਲੱਗਦਾ ਸੀ ਜਿਵੇਂ ਨਾਨਕ ਨਾਮ ਖੁਮਾਰੀ ਚੜ੍ਹੀ ਹੋਵੇ। ਜਦੋਂ ਸ਼ਰਧਾਲੂਆਂ ਤੋਂ ਪੱਤਰਕਾਰਾਂ ਨੇ ਪੁੱਛਿਆ ਤਾਂ ਉਹ ਕਹਿੰਦੇ ਜੀ ਅਸੀਂ ਕੁਛ ਵੀ ਜਵਾਬ ਨਹੀਂ ਦੇ ਸਕਦੇ, ਇੰਨਾ ਬਾਬੇ ਨਾਨਕ ਦੀ ਕਿਰਪਾ ਹੋਈ ਆ ਸਾਡੇ 'ਤੇ। ਸੋ ਇਹ ਜਿਹੜੇ ਟੈਕਨੀਕਲ ਆਸਪੈਕਟਸ ਦਾ ਜਿਹੜਾ 5,000 ਸ਼ਰਧਾਲੂਆਂ ਦਾ ਜਿਹੜਾ ਪਾਕਿਸਤਾਨ ਨੇ ਦਿੱਤਾ ਹੈਗਾ, ਪਰ ਇੱਧਰ ਇੰਡੀਅਨ ਗੌਰਮੈਂਟ ਵੱਲੋਂ ਪਬਲਿਸਾਈਜ਼ ਨਹੀਂ ਹੋਇਆ ਗਿਆ ਕਿਉਂਕਿ ਜ਼ਿਆਦਾ ਪਿੰਡਾਂ ਦੇ ਲੋਕ ਹੈਗੇ ਆ, ਇਹ ਬਹੁਤ ਜ਼ਿਆਦਾ ਹੋ ਗਏ ਇੱਥੇ ਜਿਹੜਾ 0.0 ਅਤੇ BSF ਨੂੰ ਬੜੀ ਦੇਰ ਉਹ ਉਹਨਾਂ ਨੂੰ ਕੰਟਰੋਲ ਕਰਨ ਵਿੱਚ ਮੁਸ਼ਕਲ ਆਈ ਹੈਗੀ। ਇਹ ਜਿਹੜੀ ਰਜਿਸਟ੍ਰੇਸ਼ਨ 24 ਅਕਤੂਬਰ ਤੋਂ 1 ਨਵੰਬਰ ਤੱਕ ਹੋ ਗਈ, ਉਦੋਂ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬਿਆਨ ਵੀ ਆ ਗਿਆ ਸੀ ਵੀ ਪਾਸਪੋਰਟ ਜ਼ਰੂਰੀ ਨਹੀਂ। ਸੋ ਲੋਕ ਜਿਹੜੇ ਹੈਗੇ ਆ ਉਹ ਕੁਛ ID ਆਪਣੀ ਜਿਹੜੀ ਹੈਗੀ ਆ ਹੋਰ IDs ਉਹ ਲੈ ਕੇ ਪਹੁੰਚ ਗਏ ਹੈਗੇ ਆ। ਸੋ ਇਹ ਇੱਧਰ ਇੰਡੀਅਨ ਸਾਈਡ ਤੋਂ ਚੀਜ਼ਾਂ ਸੌਟ ਆਊਟ ਕਰਨ ਦੀ ਗੱਲ ਹੈ। ਸਰਲ ਕਾਗਜ਼ੀ ਕਾਰਵਾਈ ਤੋਂ ਸ਼ਰਧਾਲੂ ਖੁਸ਼, ਪਾਕਿਸਤਾਨ ਵਾਲੀ ਸਾਈਡ ਤੋਂ ਇਹ ਜਿਹੜੇ ਸੋਚਦੇ ਸਨ ਵੀ ਸ਼ਾਇਦ ਪਾਕਿਸਤਾਨ
ਜਿਹੜੀ ਜਾਣ ਲਈ ਮੋਬਾਈਲ ਦੀ ਵਰਤੋਂ ਨਹੀਂ ਕਰ ਸਕਣਗੇ, ਜੋ ਪਹਿਲਾਂ ਇਨਫੋਰਮੇਸ਼ਨ ਆਈ। ਪਰ ਸ਼ਰਧਾਲੂਆਂ ਕੋਲ ਇੱਕ ਤੋਂ ਵੱਧ ਮੋਬਾਈਲ ਵੀ ਸਨ, ਕੈਮਰੇ ਵੀ ਸਨ। ਪਾਕਿਸਤਾਨ ਸਰਕਾਰ ਵੱਲੋਂ ਕੀਤੀ ਜਾਂਦੀ ਰਹੀ ਸਮਾਨ ਦੀ ਸਕੈਨਿੰਗ ਵਿੱਚ ਕਿਸੇ ਕਿਸਮ ਦੀ ਵੀ ਕੋਈ ਸਮੱਸਿਆ ਜੇ ਕੋਈ ਆਉਂਦੀ ਸੀ ਤਾਂ ਉਹ ਜਿਹੜੇ ਪਾਕਿਸਤਾਨ ਦੇ ਅਧਿਕਾਰੀ ਤੁਰੰਤ ਉਹਨੂੰ ਹੱਲ ਕਰਦੇ ਸੀ। ਇਹ ਕੁੱਲ ਮਿਲਾ ਕੇ ਜਿੰਨੇ ਵੀ ਸ਼ਰਧਾਲੂ ਹੁਣ ਤੱਕ ਗਏ ਹੈਗੇ ਆ, ਇਹ ਜਿਨ੍ਹਾਂ ਨੇ ਹੁਣ ਅਗਾਂਹ ਜਾਣਾ ਹੈਗਾ, ਉਹਨਾਂ ਸਾਰਿਆਂ ਲਈ ਬਹੁਤ ਅੱਛੀ ਇਹੋ ਖਬਰ ਹੈਗੀ ਆ ਵੀ ਕੋਈ ਇਸ ਤਰ੍ਹਾਂ ਦੀ ਪਰੇਸ਼ਾਨੀ ਤੁਹਾਨੂੰ ਹੋਣੇ ਵਾਲੀ ਨਹੀਂ ਗਈ ਹੈਗੀ। ਦੂਸਰਾ ਇਹ ਜਿਹੜਾ ਹੈਗਾ, ਦੂਸਰੇ ਦਿਨ ਜਿੰਨੀ ਟ੍ਰਿਬਿਊਨ ਦੀ ਖਬਰ ਹੈ, 170 ਸਿਰਫ ਸ਼ਰਧਾਲੂ ਜਾ ਚੁੱਕੇ। ਇਹ ਜਿਹੜਾ 10,000 ਤੋਂ ਜ਼ਿਆਦਾ ਸ਼ਰਧਾਲੂ ਵਿਚਾਰੇ ਜਾਣੇ ਵਾਲੇ ਹੈ ਸੀਗੇ, ਮਤਲਬ ਉਹ ਪਹੁੰਚ ਗਏ, ਪਰ ਉਹ ਅਨਪੜ੍ਹ ਹੈਗੇ ਵਿਚਾਰੇ। ਇਹ ਡੇ ਆਫਟਰ ਗ੍ਰੈਂਡ ਅਨਵੇਲਿੰਗ ਆਫ ਕਰਤਾਰਪੁਰ ਕੋਰੀਡੋਰ, ਮੋਰ ਦੈਨ 170 ਡਿਵੋਟੀਜ਼ ਕ੍ਰੋਸ ਟੂ ਦਾ ਪਾਕਿਸਤਾਨ ਸਾਈਡ, ਅਤੇ ਜਿਹੜੇ ਹੈਗੇ 10,000 ਸ਼ਰਧਾਲੂ ਜਿਹੜਾ ਦਰਸ਼ਨ ਸਥਲ ਦੂਰਬੀਨਾਂ ਰਾਹੀਂ ਉਹਨਾਂ ਨੇ ਦਰਸ਼ਨ ਕੀਤੇ ਹੈਗੇ। ਵੀ ਇਹਦੇ ਵਿੱਚ ਅਜੇ ਪੰਜਾਬ ਤੋਂ ਇੰਡੀਅਨ ਸਾਈਡ ਤੋਂ ਜਿਹੜੀ ਪਬਲਿਸਾਈਜ਼ ਕਰਨ ਦੀ ਬਹੁਤ ਲੋੜ ਹੈਗੀ ਆ, ਇਹ ਕਿਉਂਕਿ ਇੱਕ ਤਾਂ ਜਿਹੜਾ ਉਹੀ ਸੋਚਦੇ ਹੈਗੇ ਜੋ ਟ੍ਰਿਬਿਊਨ ਨੇ ਰਿਪੋਰਟ ਕੀਤਾ ਵੀ ਉਹ ਸੋਚਦੇ ਵੀ $20 ਦੀ ਟਿਕਟ ਉੱਥੋਂ ਕੋਰੀਡੋਰ ਤੋਂ ਲੈਣੀ ਆ ਅਤੇ ਉੱਥੋਂ ਲੈ ਕੇ ਚੱਲ ਜਾਣਾ ਹੈਗਾ। ਸੋ ਦੇਅਰ ਇਜ਼ ਲੈਕ ਆਫ ਅਵੇਅਰਨੈਸ ਵਿੱਚ ਲੈਡ ਟੂ ਕਨਫਿਊਜ਼ਨ। ਅਤੇ ਇਹਦੇ 'ਤੇ ਜਿਹੜਾ ਇੱਕ ਇਹ ਵੀ ਆਈ ਹੈਗੀ ਆ, ਪੂਅਰ ਟਰਨ ਆਊਟ ਆਫ ਨਿਊਲੀ ਬਿਲਟ ਇੰਟੈਗਰੇਟਿਡ ਚੈੱਕ ਪੋਸਟ ਟੂ ਪਾਸਪੋਰਟਸ ਜਾਂ ਪਿਲਗ੍ਰਮ ਦੇਵਰ ਨੋਟ ਕਲੀਅਰ ਵੀ ਉਹਨਾਂ ਨੂੰ ਕੀ ਚੀਜ਼ ਦੀ ਜ਼ਰੂਰਤ ਸੀਗੀ। ਸੋ ਇੱਧਰਲੀ ਸਾਈਡ ਤੋਂ ਬਹੁਤ ਜ਼ਿਆਦਾ ਇਹਨਾਂ ਨੂੰ ਐਜੂਕੇਟ ਅਜੇ ਕਰਨ ਦੀ ਜ਼ਰੂਰਤ ਆ। ਮੈਨੂੰ ਲੱਗਦਾ ਸਰਕਾਰ ਇਹਦੇ ਬਾਰੇ ਵੀ ਕੁਛ ਨਾ ਕੁਛ ਕੰਪੇਨ ਕਰੇਗੀ ਤਾਂ ਕਿ ਆਮ ਲੋਕਾਂ ਨੂੰ ਟੈਲੀਵਿਜ਼ਨ ਰਾਹੀਂ, ਅਖਬਾਰਾਂ ਰਾਹੀਂ, ਹੋਰ ਚੀਜ਼ਾਂ ਰਾਹੀਂ ਦੱਸਿਆ ਜਾ ਸਕੇ ਵੀ ਔਨਲਾਈਨ ਪੋਰਟਲ ਕਿਵੇਂ ਕਰਨਾ, ਜਾਂ ਫਿਰ ਜਿਹੜਾ ਹੈਗਾ ਇੱਕ ਸੁਜੈਸ਼ਨ ਹੈਗੀ ਆ ਵੀ ਉੱਥੇ ਹੀ ਜਿਹੜੇ ਸ਼ਰਧਾਲੂ ਆਉਣ ਉਹ ਆਪਣੇ ਰਜਿਸਟ੍ਰੇਸ਼ਨ ਕਰਾ ਲੈਣ ਅਗਲੀਆਂ ਡੇਟਾਂ ਦੀ, ਤਾਂ ਕਿ ਉਹਨਾਂ ਨੂੰ ਕੋਈ ਇੱਦਾਂ ਮੁੜ ਕੇ ਖੱਜਲ ਖਰਾਬੀ ਨਾ ਹੋਵੇ। ਇਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ, ਇਹ ਬਹੁਤ ਅੱਛੀ ਗੱਲ, ਕੈਪਟਨ ਅਮਰਿੰਦਰ ਬੌਂਡ ਓਵਰ ਕ੍ਰਿਕਟ ਔਨ ਬੱਸ ਟੂ ਕਰਤਾਰਪੁਰ। ਇਹ 5 ਮਿੰਟ ਦੀ ਜਦੋਂ ਇਹ ਟਰੈਵਲ ਕੀਤਾ ਹੈਗਾ 0 ਪੁਆਇੰਟ ਤੋਂ, ਉਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਗੱਲਬਾਤ ਕੀਤੀ। ਬੜੀ ਪਹਿਲਾਂ ਜੋ ਕਿ ਹਾਲਾਂ ਇਹਨਾਂ ਨੇ ਥੋੜ੍ਹੀ ਦੇਰ ਭਾਸ਼ਣ ਤੋਂ ਪਹਿਲਾਂ ਉਹ ਥੋੜ੍ਹਾ ਜਿਹਾ ਤਲਖੀ ਵਾਲਾ ਭਾਸ਼ਣ ਸੀ ਜਿਹੜੇ ਵਿੱਚ ਇਹਨਾਂ ਨੇ ਪੁਆਇੰਟ ਉਠਾਏ ਸੀ ਵੀ ਪੰਜਾਬ ਨੂੰ ISI ਰਾਹੀਂ ਖਤਰਾ ਹੋ ਸਕਦਾ ਹੈਗਾ, ਜਾਂ ਜਿਹੜਾ ਹੈਗਾ ਟੈਰੋਰਿਜ਼ਮ ਦਾ ਕੁਛ ਇਸ ਤਰ੍ਹਾਂ ਦੀ ਕਹੀ। ਨਾਲ ਉਹਨਾਂ ਨੇ ਕਿਹਾ ਸੀ ਵੀ ਇਹ ਪੰਜਾਬ ਬਹੁਤ ਡਿਵੈਲਪਡ ਹੈਗਾ ਅਤੇ ਅਜੇ ਜਿਹੜਾ ਪਾਕਿਸਤਾਨ ਸਾਈਡ 'ਤੇ ਬਹੁਤ ਡਿਵੈਲਪਮੈਂਟ ਦੀ ਜ਼ਰੂਰਤ ਹੈਗੀ। ਚਲੋ ਇਹ ਪੋਲੀਟੀਕਲ ਗੱਲਾਂ। ਐਜ਼ ਕੈਪਟਨ ਅਮਰਿੰਦਰ ਸਿੰਘ ਟੋਲਡ ਇਮਰਾਨ ਖਾਨ ਡਿਊਰਿੰਗ ਦਾ ਸ਼ੋਰਟ ਜਰਨੀ, ਡਿਊਰਿੰਗ ਦਾ ਕਨਵਰਸੇਸ਼ਨ ਵਿਦ ਇਮਰਾਨ, ਕੈਪਟਨ ਅਮਰਿੰਦਰ ਸਿੰਘ ਟੋਲਡ ਦਾ ਲੈਟਰ ਦੇ ਇਟ ਅੰਕਲ ਜਹਾਂਗੀਰ ਖਾਂ ਹੂ ਵਾਜ ਮੈਰਿਡ ਟੂ ਇਮਰਾਨ ਮੈਟਰਨਲ ਆਂਟ ਮੁਬਾਰਕ ਐਂਡ ਵਾਜ ਏ ਕ੍ਰਿਕਟ ਡਿਊਰਿੰਗ ਦਾ ਬ੍ਰਿਟਿਸ਼ ਰਾਜ ਹੈਡ ਪਲੇਡ ਫੋਰ ਪਟਿਆਲਾ। ਇਹ ਵੀ ਮਤਲਬ ਪੁਰਾਣੀਆਂ ਜਿਹੜੀਆਂ ਯਾਦਾਂ ਉਹਨਾਂ ਨੂੰ ਤਾਜ ਕਰਾਈਆਂ, ਅਤੇ ਅਲੋਂਗ ਵਿਦ ਮੁਹੰਮਦ ਨਿਸਾਰ, ਲਾਲਾ ਅਮਰਨਾਥ ਫਾਸਟ ਬੋਲਰ ਅਮਰ ਸਿੰਘ ਐਂਡ ਟੂ ਅਲੀ ਬੈਟਸਮੈਨ ਵਜ਼ੀਰ ਅਲੀ ਐਂਡ ਅਮੀਰ ਅਲੀ, ਦੀ 7 ਪਲੇਅਰਸ ਵਾਰ ਪਾਰਟ ਆਫ ਦਾ ਟੀਮ ਕੈਪਟਨ ਵਾਈ ਕੈਪਟਨ ਅਮਰਿੰਦਰ ਫਾਦਰ ਮਹਾਰਾਜਾ ਜਾਦਵਿੰਦਰ ਸਿੰਘ ਇਨ 1934-1935 ਫੋਰ ਇੰਡੀਆ ਐਂਡ ਫੋਰ ਪਟਿਆਲਾ। ਇਹ ਫੈਸੀਨੇਟਿੰਗ ਬਿਟ ਆਫ ਇਨਫੋਰਮੇਸ਼ਨ ਦੈਟ ਇਮਰਾਨ ਖਾਂ ਇੰਜੋਇਡ ਹੀਅਰਿੰਗ ਫਰੋਮ CM। ਸੋ ਬੱਸ ਰਾਈਡ ਲਾਸਟਡ ਲੈਸ ਦੈਨ 5 ਮਿੰਟਸ, ਬਟ ਥੈਂਕਸ ਟੂ ਦਾ ਕ੍ਰਿਕਟ ਇਟ ਵਾਜ ਐਨਫ ਟੂ ਬ੍ਰੇਕ ਦਾ ਆਈਸ ਬਿਟਵੀਨ ਇਮਰਾਨ ਖਾਂ ਐਂਡ ਕੈਪਟਨ ਅਮਰਿੰਦਰ। ਸੋ ਆਪਾਂ ਆਸ ਕੀਤੀ ਜਾਂਦੀ ਹੈ, ਸਾਰੇ ਜਿਹੜੇ ਪੰਜਾਬੀ ਵੀ ਆਸ ਕਰਦੇ ਹੈਗੇ ਆ ਇਹ ਭਾਰਤ ਅਤੇ ਪਾਕਿਸਤਾਨ ਦੀ ਅਤੇ ਪੰਜਾਬ ਦੀ ਔਰ ਪਾਕਿਸਤਾਨ ਦੀ ਜਿਹੜੇ ਲੋਕਾਂ ਦੀ ਜਾਂ ਪੋਲੀਟੀਸ਼ਨਾਂ ਦੀ ਦੋਸਤੀ ਵਧੇਗੀ, ਜਿਹੜੇ ਡਿਫਰੈਂਸ ਦੂਰ ਹੋਣਗੇ। ਇਹਦੇ ਨਾਲ ਨਾਲ CM ਨੇ ਕੁਛ ਔਫਰਿੰਗ ਉੱਥੇ ਵੀ ਕੀਤੀਆਂ। ਕੈਪਟਨ ਅਮਰਿੰਦਰ ਸਿੰਘ ਸਕ੍ਰਿਪਟਡ ਹਿਸਟਰੀ ਇਨ ਮੋਰ ਵੇਜ਼ ਦੈਨ ਵਨ ਵੈਨ ਹੀ ਲੈਟ ਦਾ ਫਸਟ ਜਥਾ ਟੂ ਪੇ ਓਬੀਸੈਂਸ ਐਟ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਔਨ ਸੈਚਰਡੇ। ਉਹਨਾਂ ਨੇ 4 ਰੁਮਾਲੇ ਭੇਂਟ ਕੀਤੇ ਹੈਗੇ ਅਤੇ 1 ਚੌਰ ਸਾਹਿਬ
ਹਿਸਟੋਰਿਕ ਗੁਰਦੁਆਰਾ ਇਹਦੇ ਜਿਹੜਾ ਕਰਤਾਰਪੁਰ ਸਾਹਿਬ ਦਾ ਇੱਕ ਰੁਮਾਲਾ ਜਿਹੜਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੈਜੈਂਸ ਅਕਾਲ ਤਖ਼ਤ ਦੇ ਜਥੇਦਾਰ ਦੀ ਪ੍ਰੈਜੈਂਸ ਵਿੱਚ ਉਹਨਾਂ ਨੇ ਦਿੱਤਾ ਸੀ ਵੀ ਮੋਦੀ ਸਾਹਿਬ ਨੇ ਕਿਹਾ ਸੀ ਇਹ ਮੇਰੇ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਚੜ੍ਹਾਇਆ ਜਾਵੇ ਅਤੇ ਦੋ ਰੁਮਾਲੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵੱਲੋਂ ਚੜ੍ਹਾਏ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਬਲੈਸਿੰਗਸ ਮੰਗੀਆਂ ਹੈਗੀਆਂ ਪੰਜਾਬ ਦੇ ਲੋਕਾਂ ਲਈ ਅਤੇ ਨਾਲ ਚੌਰ ਸਾਹਿਬ ਉਹਨਾਂ ਨੇ ਔਨ ਦਾ ਬਿਹਾਫ ਆਫ ਪੀਪਲ ਆਫ ਪੰਜਾਬ ਇਹ ਉਹਨਾਂ ਨੇ ਉੱਥੇ ਪੇਂਟ ਕੀਤਾ ਅਤੇ ਨਾਲ ਜਿਹੜੇ ਉਹਨਾਂ ਦੇ ਦੋ MLA ਸੀ ਹਰਪ੍ਰਤਾਪ ਜਨਾਲਾ ਅਤੇ ਕੁਲਜੀਤ ਨਾਗਰਾ ਉਹਨਾਂ ਨੇ ਰੁਮਾਲੇ ਪੇਸ਼ ਕੀਤੇ ਔਨ ਬਿਹਾਫ ਆਫ ਕਾਂਗਰਸ ਪ੍ਰੈਜੀਡੈਂਟ ਸੋਨੀਆ ਗਾਂਧੀ ਇਹ ਜਿਹੜੇ ਉੱਥੇ ਉਹਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਜੋ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਗੁਰਦੁਆਰਾ ਸਾਹਿਬ ਉੱਥੇ ਪੇਂਟ ਕੀਤੇ ਅਤੇ ਸ਼ਰਧਾ ਦਾ ਇਜ਼ਹਾਰ ਕੀਤਾ। ਇਹਦੇ ਨਾਲ ਨਾਲ ਇਹ ਵੀ ਇੱਕ ਕਿਹਾ ਫੀਲ ਕੀਤਾ ਜਾਂਦਾ ਇਹ ਲਾਹੌਰ ਬੱਸ ਸਰਵਿਸ ਦੀ ਰਿਵਾਈਵਲ ਹੋ ਸਕਦੀ ਹੈਗੀ ਆ ਸ਼ਰਧਾਲੂਆਂ ਲਈ। ਇਹ ਜਿਹੜੀ ਸਰਵਿਸ ਸੀ ਬਹੁਤ ਕਨਵੀਨੀਅੰਟ ਰੂਲ ਸੀ ਟੂ ਕਨੈਕਟ ਦਾ ਹੋਲੀ ਪਲੇਸਿਸ ਅੰਮ੍ਰਿਤਸਰ ਨਨਕਾਣਾ ਸਾਹਿਬ ਅਤੇ ਇਹ SCPC ਕਹਿੰਦੀ ਆ ਵੀ ਜੇ ਸਾਨੂੰ ਇਹ ਰਿਸਪੋਂਸੀਬਿਲਟੀ ਦਿਓ ਫੋਰ ਫਰਨਿਸ਼ਿੰਗ ਦਾ ਵੀਜ਼ਾ ਫੋਰਮੈਲਿਟੀਜ਼ ਔਰ ਡਿਵੋਟਿਸ ਵੀ ਵਿਲ ਡੂ ਅਵਰ ਸਰਵਿਸ। ਇਹ ਚਾਰਟ ਹੈਗਾ 2015 ਵਿੱਚ 410 ਗਏ ਸੀ, 16 ਵਿੱਚ 128, 17 ਵਿੱਚ 175, 18 ਵਿੱਚ 79, 19 ਵਿੱਚ 36 ਰਹਿ ਗਏ ਹੈਗੇ ਆ ਵੀ ਆਸ ਕਰਦੇ ਹਾਂ ਵੀ ਇਹ ਜਿਹੜੀ ਇਹਨਾਂ ਦੇ ਰਿਲੇਸ਼ਨ ਡਿਪਲੋਮੈਟਿਕ ਰਿਲੇਸ਼ਨ ਵੀ ਸੁਧਰਨਗੇ ਅਤੇ ਜਿਹੜੀਆਂ ਬੱਸ ਰੇਲ ਰੂਟ ਏਅਰ ਸਰਵਿਸ ਸਾਰੀਆਂ ਹੋ ਜਾਣਗੀਆਂ। ਸਿੱਧੂ ਸਾਹਿਬ ਪਹੁੰਚੇ ਹੈਗੇ ਉਹ ਕੀ ਕਹਿੰਦੇ ਹੈਗੇ ਆ ਉਹ ਦੇਖਦੇ ਹਾਂ। ਜਿੱਥੇ ਬਾਬੇ ਦਾ ਨਾਂ ਆ ਗਿਆ ਐ ਜਾਊ ਉੱਡਦਾ ਸਭ ਕੁਛ, ਐ ਜਾਊ ਬਰਕਤ। ਇਹ ਗੱਲ ਸਿਰਫ ਲਾਂਘੇ ਦੀ ਨਹੀਂ, ਇਹ ਗੱਲ ਤੇ ਹੈ ਇੱਕ ਪੈਗਾਮ ਦੀ। ਸਰਬੱਤ ਦਾ ਭਲਾ ਜੋ ਮੰਗਦਾ ਸੀ ਇਹ ਉਸ ਨਾਨਕ ਦੇ ਨਾਮ ਦੀ, ਜੋ ਸਬਕ ਪੜਾਇਆ ਇੱਕ ਇਹਦਾ ਗੱਲ ਉਸ ਮੁਰਸ਼ਦ ਦੇ ਨਾਮ ਦੀ। ਗੱਲ ਉਸ ਮੁਕੱਦਸ ਰਾਹ ਦੀ ਹੈ ਜੋ ਪਿਆਸ ਤੋਂ ਪਾਣੀ ਤੱਕ ਜਾਂਦਾ, ਨਾਨਕ ਦੀ ਨਗਰੀ ਤੱਕ ਜਾਂਦਾ, ਨਾਨਕ ਦੀ ਬਾਣੀ ਤੱਕ ਜਾਂਦਾ। ਇਹ ਗੱਲ ਸਿਰਫ ਲਾਂਘੇ ਦੀ ਨਹੀਂ, ਇਹ ਗੱਲ ਤੇ ਅਮਨ ਅਮਾਨ ਦੀ ਏ। ਇਹ ਗੱਲ ਤੇ ਅਮਨ ਅਮਾਨ ਦੀ ਏ। ਇਹ ਗੱਲ ਸਿਰਫ ਲਾਂਘੇ ਦੀ ਨਹੀਂ, ਇਹ ਗੱਲ ਤੇ ਅਮਨ ਅਮਾਨ ਦੀ ਏ। ਫਿਕਰਾਂ ਵਿੱਚ ਡੁੱਬੀਆਂ ਮਾਵਾਂ ਦੇ ਸੀਨੇ ਵਿੱਚ ਠੰਡ ਪਾਣ ਦੀ ਏ, ਸੀਨੇ ਵਿੱਚ ਠੰਡ ਪਾਣ ਦੀ ਏ। ਇਹ ਗੱਲ ਇਨਸਾਨੀ ਦਿਲ ਦੀ ਹੈ, ਇਹ ਗੱਲ ਤੇ ਮੁਸਤਕਬਿਲ ਦੀ ਹੈ। ਇਹ ਗੱਲ ਇਨਸਾਨੀ ਦਿਲ ਦੀ ਹੈ, ਇਹ ਗੱਲ ਤੇ ਮੁਸਤਕਬਿਲ ਦੀ ਹੈ। ਇਹ ਇਕੱਲੇ ਹਿੰਦੁਸਤਾਨ ਦੀ ਨਹੀਂ, ਇਹ ਇਕੱਲੇ ਪਾਕਿਸਤਾਨ ਦੀ ਨਹੀਂ, ਇਹ ਗੱਲ ਤੇ ਕੁੱਲ ਜਹਾਨ ਦੀ ਏ। ਇਹ ਗੱਲ ਤੇ ਧੀਆਂ ਪੁੱਤਰਾਂ ਨੂੰ ਮੁਰਸ਼ਦ ਦੀ ਰਾਹ ਤੇ ਪਾਉਣ ਦੀ ਏ, ਮੁਰਸ਼ਦ ਦੀ ਰਾਹ ਤੇ ਪਾਉਣ। ਬੋਲੇ ਸੋ ਨਿਹਾਲ, ਤੁਸੀਂ ਸਿੱਖਾਂ ਦੀਆਂ ਤਮੰਨਾਵਾਂ ਨੂੰ ਖੰਭ ਲਾ ਕੇ ਸੱਤਵੇਂ ਆਸਮਾਨ ਤੇ ਲਾਤਾ। ਉਹ 10 ਮਹੀਨਿਆਂ ਚ ਹੁੰਦਾ ਕੀ ਹੈ? 10 ਮਹੀਨਿਆਂ ਦੇ ਵਿੱਚ ਇਹ ਮੇਰੇ ਬਾਬੇ ਦਾ ਘਰ ਸਵਰਗ ਬਣਾਤਾ। ਮੈਂ ਤੇ ਸਵਰਗ ਦੇਖਿਆ ਨੀ, ਇਹ ਤੇ ਸਵਰਗ ਦੇ ਦਰਸ਼ਨ ਕਰਨ ਬਰਾਬਰ ਹੈ, ਸਵਰਗ ਦੇ ਦਰਸ਼ਨ ਕਰਨ ਬਰਾਬਰ। ਕਦੇ ਸੋਚਿਆ ਸੀ ਕਿ 10 ਮਹੀਨਿਆਂ ਦੇ ਵਿੱਚ ਕੋਈ ਇਹੋ ਜਿਹਾ ਕਰੂਗਾ ਜਿਹਨੂੰ ਦੁਨੀਆ ਕਦੇ ਭੁਲਾ ਨਹੀਂ ਪਾਊਗੀ? ਮੈਂ ਖਾਨ ਸਾਹਿਬ ਇਹ ਕਹਿਣਾ ਕਿ ਸਿੱਖ ਕਹਿੰਦੇ ਐ ਇੱਥੇ ਹੀ ਨਹੀਂ, ਹੋਰ 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 ਯੇ ਦਿਲ ਮੰਗੇ ਮੋਰ, ਹੋਰ 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 ਯੇ ਦਿਲ ਮੰਗੇ ਮੋਰ। ਸਾਡੀਆਂ ਕਿਸਮਤਾਂ ਤੇ ਤਾਲੇ ਲੱਗ ਗਏ, ਪਾਰਟੀਸ਼ਨ ਅਸੀਂ ਝੇਲੀ, ਦੋਨੇ ਪੰਜਾਬ ਖੂਨ ਨਾਲ ਲਥਪਥ ਹੋਏ। ਮੈਂ ਕਹਿੰਦਾ ਪਰਿਵਾਰ ਉੱਜੜ ਗਏ। ਸਭ ਤੋਂ ਵੱਡਾ ਮਰਮ ਤੁਸੀਂ ਲਾਇਆ, ਮੋਦੀ ਨੇ ਲਾਇਆ ਇਹ ਗੁਰਦੁਆਰੇ ਨੂੰ ਰਾਹ ਕੱਢ ਕੇ। ਇਸ ਤੋਂ ਵੱਡਾ ਮਰਮ, ਇਸ ਤੋਂ ਵੱਡਾ ਮਰਮ ਤਾਰੀਖ ਦੇ ਵਿੱਚ ਕਦੇ ਨਹੀਂ ਹੋਇਆ। ਔਰ ਹੁਣ ਮੈਂ ਤੁਹਾਨੂੰ ਇੱਕ ਹੋਰ ਇਲਤਜਾ ਕਰ ਰਿਹਾ। ਮੈਂ ਤੇ ਬਾਬੇ ਦਾ ਇੱਕ ਛੋਟਾ ਜਿਹਾ ਦੂਤ ਸੀ। ਲੋਕੀ ਕਹਿੰਦੇ ਜੀ ਮੇਰਾ ਕ੍ਰੈਡਿਟ, ਮੇਰਾ ਕ੍ਰੈਡਿਟ। ਜਿਹਨੇ 13-13-13 ਤੋਲਿਆ ਉਹਦੇ ਘਰ ਚ ਮੇਰਾ ਮੇਰਾ ਕਿੱਥੇ? ਕੌਣ ਕਰੂਗਾ ਮੇਰਾ ਮੇਰਾ? ਇਹ ਬਾਬੇ ਦੀ ਮਿਹਰ ਨੇ ਕੀਤਾ, ਇਹ ਇੱਕ ਨੇਕ ਵਜ਼ੀਰ ਆਜ਼ਮ ਨੇ ਕੀਤਾ। 72 ਸਾਲਾਂ ਦੇ ਵਿੱਚ, 72 ਸਾਲਾਂ ਦੇ ਵਿੱਚ ਸਿੱਖਾਂ ਦੀ ਆਵਾਜ਼ ਕਿਸੇ ਨੇ ਨਹੀਂ ਸੁਣੀ, ਸਾਡੀ ਕੌਮ ਦੀ ਆਵਾਜ਼ ਕਿਸੇ ਨੇ ਨਹੀਂ ਸੁਣੀ। ਹਰ ਬੰਦਾ ਤੋਲਦਾ ਰਿਹਾ ਤੱਕੜੀ ਚ, ਫਾਇਦਾ ਨੁਕਸਾਨ ਦੇਖਦਾ ਰਿਹਾ, ਨਫਾ ਨੁਕਸਾਨ ਦੇਖਦਾ ਰਿਹਾ।
लेकिन यह पहला वजीर आजम है शेर बबर शेर जिन्हें नफे नुकसान नहीं देखे और बाबे का दर निष्काम खोलिया निष्काम खोलिया। जिस तरह आगां दे टेरां नूं कोई खा नहीं सकता पृथ्वी नूं ऊंचा उठा नहीं सकता सागरां नूं जिद्दां कोई सुका नहीं सकता पर्वत हिमालय जिद्दां कोई हिला नहीं सकता सूरज नूं फूका मार बुझा नहीं सकता उसे तरह सच बाबे दा सच ते इमरान खान दे एहसान नूं रहिंदी कायनात तक आदि अनंत कोई दबा नहीं सकता कोई मिटा नहीं सकता यारो कोई दबा नहीं सकता कोई मिटा नहीं सकता। छाती ठोक के कहिंदा सिद्धू छाती ठोक के कहिंदा सिद्धू कि अज अज जफी रंग लियाई अज 14 करोड़ सिखां दे ठंड पई नवजोत सिंह सिद्धू ते बाबे दे घर दा नौकर है बाबे दे घर दा चाकर है होर सुनो इस बाबे दे घर दा कूकर है कूकर वफा दा मामले दे विच ते नवजोत सिंह सिद्धू अपने सोहणे यार नूं एक बार फिर शुकराना करदा है। बड़े बड़े पॉलिटिशियन देखे उन्हां दे दिल जिहड़े चिड़ियां वर्गे ते तुहाडा दिल समुंदर वर्गा है। लो फिर सुनो फिर ठा करदा शेर आउंदा तुहाडे वल नूं सुनो तुसीं सिकंदर ने डरा के तुसीं जीती सिकंदर ने डरा के जीती तुसीं दिलां नूं जित्तिया ओ सिकंदर हालात से नहीं डरता ये तुहाडे दिल बारे भी है समुंदर। सिकंदर हालात के आगे नहीं झुकता तारा टूट भी जाए जमीन पे नहीं गिरता गिरते हैं हजारों दरिया किसी समंदर में पर कभी कोई समंदर किसी दरिया में नहीं गिरता कभी कोई समंदर किसी दरिया में नहीं गिरता। इस करके मैं नवजोत सिंह सिद्धू बाबा नानक दा कुकर बाबा नानक दा नौकर बाबा नानक दा चाकर एक स्नेहा लेके आया सी उस स्नेह नूं भाग लाए मेरे इस भाजी ने और मैं अखीर दे विच धन्नवाद करदा शुकराना करदा ते एक गल कह के अपनी बाणी नूं विराम दिना कि जिहड़ा यार ना देखे ऐबां नूं लख ऐब होणे सिद्धू दे ते नीवा सिद्धू कख नहीं उहदे च जिहड़ा यार ना देखे ऐबां नूं उह यार मुबारक हुंदा है जिस प्यार च भोरा गर्ज नहीं वह प्यार मुबारक हुंदा तुसीं नवा नुकसान नहीं देखिया तुसीं अल्लाह लई कीता वाहिगुरु लई कीता जिहड़ा यार ना देखे ऐबां नूं वह यार मुबारक हुंदा है जिस प्यार च भोरा गर्ज नहीं वह प्यार मुबारक हुंदा है कि लैणा है उच्चे महलां तों कि देणा है घर मनारा ने जिस दर ते झोली भर जाए वह द्वार बाबे दा मुबारक हुंदा है वह ठोको ए ठोको ताड़ी तका के वह द्वार मुबारक हुंदा है और द्वार मुबारक होता है। मेरे मैरम मेरे रैबर मेरे बाबा नानक जिन्नी इज्जत तू इस नौकर नूं अपने कुकर नूं दित्ती मैं खाबां च सोच नहीं सी सकदा चार पीढ़ियां दा सुपना देखिया सी मेरे ताए ने मेरे दादे ने करोड़ां सिखां ने उह सुपना दसां महीनियां दे विच मेरे यार दिलदार इमरान खान ने पूरा कर छड्डिया यारा पूरा कर छड्डिया। बोले सो निहाल। गुरु गोबिंद सिंह पातशाह कहंदे है गुरु गोबिंद सिंह पातशाह कहंदे है देह शिवावर मोहे है शुभ कर्मन ते कबहू ना डरूं और इसूं जब जाही लड़ूं निश्चय कर अपनी जीत करूं। परवाह ना करियो खान साहब एक एक सिख गुरु साहब ने कहा सवा सवा लख वर्गा सवा लख वर्गी आवाज गूंजूगी तुहाडी तुहाडों दिलों दुआओं दूगी और मैं दुआ तो तगड़ा कुछ नहीं समझदा अखीर च लास्ट दो लाइना हुण तुहानू सुनना मैं हुण तुहानू सुनना और यह सुनना कि तुसी बार्डर खोलण की गल करोगे कि नहीं करोगे उज़्बेकिस्तान कजाकिस्तान सिलकन रूट मेरा सुपना है कि उत्थे तक अमृतसर सब तो तगड़ी मंडी हुंदा सी अज साडी किस्मत ते ताले लाते